ਜਿੱਥੇ ਇੱਕ ਪਾਸੇ ਪੁਲਵਾਮਾ ਹਮਲੇ ਨੂੰ ਲੈ ਕੇ ਦੇਸ਼ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ, ਉੱਥੇ ਬੀਤੀ ਰਾਤ ਡੇਰਾ ਬਾਬਾ ਨਾਨਕ ਦੀ ਬਾਂਗਰ ਪੋਸਟ ਤੇ ਭਾਰਤ 'ਚ ਘੁਸਪੈਠ ਕਰਦੀ ਇੱਕ ਪਾਕਿਸਤਾਨੀ ਮਹਿਲਾ ਨੂੰ BSF ਦੀ 10ਵੀਂ ਬਟਾਲੀਅਨ ਨੇ ਗੋਲੀ ਮਾਰ ਦਿੱਤੀ। BSF ਦੇ ਜਵਾਨਾਂ ਨੇ ਮਹਿਲਾ ਨੂੰ ਰੋਕਿਆ ਵੀ, ਪਰ ਉਹ ਨਹੀਂ ਮੰਨੀ, ਜਿਸਦੇ ਚੱਲਦੇ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ। ਫਿਲਹਾਲ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ। ਪਤਾ ਨਹੀਂ ਸਾਨੂੰ BSF ਵਾਲੇ ਦੇ ਗਏ ਸੁਬਹਾ, ਇੱਥੇ ਵੀ ਦਾਖਲ ਕਰਾ ਕੇ ਗਏ, ਸਾਡੀ ਤਾਂ ਸਕਿਉਰਿਟੀ ਹੈ ਬਸ। ਗੋਲੀ ਗੋਲੀ ਲੱਗੀ ਕਿ ਇਹ ਨਹੀਂ ਪਤਾ, ਡਾਕਟਰਾਂ ਦੀ ਰਿਪੋਰਟ ਤੋਂ ਪਤਾ ਲੱਗੂਗਾ ਜੋ ਵੀ। ਕੋਈ ਨਾਮ ਇਹਦਾ ਪਤਾ ਲੱਗਾ ਕਿੱਥੋਂ ਪਛਾਕੜ ਹੈਗਾ ਵਾ, ਕਿੱਥੋਂ ਦੀ ਕੁੜੀ? ਨਹੀਂ ਸਾਨੂੰ ਇਸ ਬਾਰੇ ਕੁਛ ਨਹੀਂ ਪਤਾ। ਡਾਕਟਰਾਂ ਮੁਤਾਬਕ ਮਹਿਲਾ ਨੂੰ 2 ਜਗ੍ਹਾ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸਦਾ ਇਲਾਜ ਕੀਤਾ ਜਾ ਰਿਹਾ। ਸਾਨੂੰ ਕਾਲ ਆਈ ਹੈ, ਅਸੀਂ ਕੇਸ ਦੇਖ ਰਹੇ ਹਾਂ, ਇਹਨੂੰ ਅਸੈਸ ਕਰ ਰਹੇ ਹਾਂ। ਉਹਨੂੰ ਇੰਜਰੀ ਹੈਗੀ ਹੈ ਵਿਸਕਸ ਦੇ ਵਿੱਚ, ਜਿਹਨੂੰ ਅਸੀਂ ਰੈਕਟਮ ਕਹਿੰਦੇ ਹਾਂ, ਅਤੇ ਵਜਾਇਨਾ 'ਚ ਵੀ ਇੰਜਰੀ ਹੈਗੀ ਹੈ, ਔਰ ਕੋਈ ਜਿਹੜੀ ਹਿਸਟਰੀ ਕਲੀਅਰਲੀ ਅਵੇਲੇਬਲ ਨਹੀਂ ਹੈ। ਲੇਡੀ ਸ਼ੌਕ 'ਚ ਸਾਨੂੰ ਨਹੀਂ ਪਤਾ ਲੱਗ ਰਿਹਾ ਕੁਛ ਵੀ ਇਹਦਾ, ਲੇਕਿਨ ਪੇਸ਼ੈਂਟ ਨੂੰ ਇਮੀਡੀਏਟਲੀ ਸਰਜਰੀ ਦੀ ਜ਼ਰੂਰਤ ਹੈ, ਪੇਸ਼ੈਂਟ ਪੂਰੀ ਖਤਰੇ 'ਚ। ਉੱਥੇ ਹੀ ਸੰਬੰਧੀ ਜਦੋਂ BSF ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਰ ਥੋੜਾ ਸਾ ਵਾਟ ਹੈਪਨਡ, ਥੋੜਾ ਇਨਫੋਰਮੇਸ਼ਨ ਮਿਲ ਜਾਏਗੀ। ਪਾਕਿਸਤਾਨ ਸੇ ਨਹੀਂ, ਕੌਣ ਦੇਗਾ? ਸਰ ਪਾਕਿਸਤਾਨ ਸੇ ਬੋਲ ਦੋ ਯਾਰ, ਬੜੀ ਹੋਲ ਦੋ ਹੈ ਪਾਕਿਸਤਾਨ ਸੇ। ਲੇਡੀਜ਼ ਪਾਕਿਸਤਾਨ ਸੇ ਆਫ ਦਾ ਰਿਕਾਰਡ ਤਾਂ ਬਾਤ ਕਰ ਸਕਤੇ ਹੈ। ਨਹੀਂ ਇੱਕ ਸਰ, ਮੈਂ ਆਪ ਸੇ ਜੋ ਵੀ ਇਨਫੋਰਮੇਸ਼ਨ ਹੈ ਆਪਕੋ BSF ਕੇ ਥਰੂ ਮਿਲੇਗੀ। ਮਿਲੀ ਜਾਣਕਾਰੀ ਮੁਤਾਬਿਕ ਫੜੀ ਗਈ ਮਹਿਲਾ ਦਾ ਨਾਮ ਗੁਲਸ਼ਨ ਦੱਸਿਆ ਜਾ ਰਿਹਾ ਤੇ ਉਹ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਵਸਨੀਕ ਹੈ। ਪਰ ਹੁਣ ਪੂਰੀ ਅਸਲੀਅਤ ਕੀ ਹੈ, ਇਹ ਤਾਂ ਮੁਕੰਮਲ ਤਫਤੀਸ਼ ਤੋਂ ਬਾਅਦ ਹੀ ਪਤਾ ਚੱਲ ਸਕੇਗਾ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਤੇ ਬਟਾਲਾ ਤੋਂ ਨਵੀਨ ਦੂਸਰਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ E-Services ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।